ਸਾਨੂੰ ਜਿਹੜਾ ਘਾਟਾ ਪਿਆ ਜੀ, ਸਾਰੀ ਉਮਰ ਨਹੀਂ ਪੂਰਾ ਹੋਣਾ ਸਾਡਾ। ਇੱਕ ਗਰੀਬ ਘਰ ਦਾ ਗਰੀਬ ਪੁੱਤ ਚਲਾ ਗਿਆ, ਸਾਨੂੰ ਪਤਾ। ਦੋ ਭੈਣਾਂ ਦਾ ਇਕਲੌਤਾ ਭਰਾ, ਇੱਕ ਭੈਣ ਦੀ ਸ਼ਾਦੀ ਹੋਈ ਵੀ ਆ, ਆਹ ਭੈਣ ਕੁਆਰੀ ਆ। ਜਿਹੜੇ ਉਹ ਸੁਪਨੇ ਲੈਂਦਾ ਸੀ ਉਹਦੇ ਪੂਰੇ ਨਹੀਂ ਹੋਏ। ਕਹਿੰਦਾ ਸੀ ਭੈਣ ਦਾ ਵਿਆਹ ਕਰਕੇ ਘਰ ਪਾ ਕੇ ਫਿਰ ਆਪਦੀ ਸ਼ਾਦੀ ਕਰਵਾਉਣ। ਦੋ ਪੈਲੀ 2 ਕਿੱਲੇ ਜ਼ਮੀਨ ਦੇ ਸੀ, 1 ਕਿੱਲਾ ਵੇਚ ਕੇ ਪਹਿਲਾਂ ਭੈਣ ਦਾ ਵਿਆਹ ਕੀਤਾ ਸੀਗਾ। ਬਸ ਕੁਛ ਨਹੀਂ ਬੋਲ ਸਕਦੇ ਹੋਰ। ਇੱਕ ਮਾਂ ਵੇਟ ਕਰਦੀ ਆ ਵੀ ਮੇਰੇ ਬੱਚਾ ਹੋਊ, 9 ਮਹੀਨੇ ਪੇਟ 'ਚ ਰੱਖਦੀ ਆ, ਪਾਲਣ ਪੋਸ਼ਣ ਕਰਦੀ ਆ। ਇਹ ਸਰਕਾਰਾਂ 1 ਮਿੰਟ ਸਕਿੰਟ 'ਚ ਬੱਚਾ ਖਤਮ ਕਰ ਦਿੰਦੀਆਂ ਨੇ। ਸਰਕਾਰਾਂ ਨੂੰ ਕੁਝ ਸੋਚਣਾ ਚਾਹੀਦਾ। ਕਿੱਥੋਂ ਤੱਕ ਪੜ੍ਹਾਈ ਕਰੀ ਸੀ ਆਪਾਂ ਨੇ? 10ਵੀਂ ਤੱਕ ਕੀਤੀ ਸੀ। ਇਹ ਸਰਕਾਰਾਂ 1 ਮਿੰਟ ਸਕਿੰਟ 'ਚ ਬੱਚਾ ਖਤਮ ਕਰ ਦਿੰਦੀਆਂ ਨੇ। ਕਿੰਨੇ ਬੱਚੇ ਸਾਡੇ ਸੀਰ ਹੁੰਦੇ ਆ, ਕਿੰਨੇ ਚਿੱਟੇ ਨਾਲ ਮਰਦੇ ਆ ਜੀ। ਸਰਕਾਰਾਂ ਨੂੰ ਕੁਝ ਸੋਚਣਾ ਚਾਹੀਦਾ। ਮਾਵਾਂ ਹੀ ਤੜਫੀ ਜਾਣਗੀਆਂ, ਚੱਕ ਕੇ ਸਿਵਿਆਂ 'ਚ ਬਸ ਸੰਸਕਾਰ ਕਰਦੀਆਂ ਰਹਿਣਗੀਆਂ। ਕੁਝ ਸਰਕਾਰ ਸੋਚੇ, ਕੁਝ ਸਰਕਾਰ ਸੋਚ ਕੇ ਪੰਜਾਬ ਦਾ ਕੋਈ ਹੱਲ ਕਰੇ। ਸ਼ੁਕਰਨ, ਜਿਸ ਤਰ੍ਹਾਂ ਛੋਟੀ ਭੈਣ ਦਾ ਵੀ ਉਹਦਾ ਸਪਨਾ ਸੀ, ਮੇਰੀ ਛੋਟੀ ਭੈਣ ਦਾ ਵੀ ਵਿਆਹ ਮੈਂ ਕਰਨਾ ਹੈ, ਤਾਂ ਅਕਸਰ ਉਹ ਕੀ ਗੱਲ ਕਰਦਾ ਰਹਿੰਦਾ ਤੁਹਾਡੇ ਨਾਲ, ਵਿਆਹ ਬਾਰੇ ਤੁਹਾਡੇ ਨਾਲ ਗੱਲ ਪੂਰੀ ਨਹੀਂ ਹੋਈ? ਕਹਿੰਦਾ ਮੈਂ ਕੰਮ ਕਰੂੰਗਾ, ਮਿਹਨਤ ਕਰਕੇ ਭੈਣ ਦੀ ਸ਼ਾਦੀ ਕਰੂੰਗਾ। ਕਿਤੇ 2 ਕਿੱਲੇ 3 ਆਪਦੇ ਸੀਗੇ, ਕੁਛ ਠੇਕੇ ਹਿੱਸੇ 'ਤੇ ਲੈ ਕੇ ਬਸ ਐਂ ਉਹ ਕਰਦਾ ਸੀਗਾ ਜੀ, ਘਰ ਦਾ ਕੰਮ ਚਲਾਉਂਦਾ ਜੀ ਸਾਰਾ। ਘਰ ਤਾਂ ਤੁਸੀਂ ਦੇਖ ਹੀ ਰਹੇ ਹੋ ਜੀ ਹਾਲਾਤ ਘਰ ਦੇ। ਉਹਦਾ ਪੈਣ ਵਾਲਾ ਮੰਜਾ ਵੀ ਨਹੀਂ ਸੀ ਵਧੀਆ। ਵਿਚਾਲੜਾ ਸੀ, ਵੱਡੀ ਭੈਣ ਇੱਕ, ਉਦੋਂ ਛੋਟੀ ਭੈਣ। ਹਾਂਜੀ, ਸਾਡਾ ਸਿਆਉਣੇ ਵਰਗਾ ਪੁੱਤ ਸੀ। ਹਾਏ, 2 ਦਿਨ ਕਹਿ ਕੇ ਗਿਆ ਸੀ, ਦਿੱਲੀ ਗਿਆ, ਮੁੜ ਕੇ ਨਹੀਂ ਆਇਆ। ਅਸੀਂ ਫੋਨ ਲਾਏ ਬੜੇ, ਫੋਨ ਵੀ ਨਹੀਂ ਚੱਕਿਆ ਵੀ ਘਰੇ ਬੁਲਾਉਣਗੇ ਮੈਨੂੰ। ਸਾਰੀ ਉਮਰ ਸਾਡਾ ਘਾਟਾ ਨਹੀਂ ਪੂਰਾ ਹੋਣਾ। ਅਸੀਂ ਸਮਝਦੇ ਹਾਂ ਵੀ ਇਹ ਇਕੱਲਾ ਨੀ ਮੌਤ ਹੋਈ, 750 ਸਾਡਾ ਦਿੱਲੀ ਘੋੜ ਸਮੇਂ ਵੀ ਸਾਥੋਂ ਵਿਛੜਿਆ। ਇਸੇ ਘੋੜ ਦੌਰਾਨ 3 ਸਾਡੇ ਕਿਸਾਨ, ਇੱਕ ਪਟਿਆਲੇ, ਇੱਕ 2 ਬਾਰਡਰਾਂ 'ਤੇ, ਉਹ ਦਿਲ ਦੇ ਦੌਰੇ ਨਾਲ ਸ਼ਹੀਦ ਹੋਏ, 4 ਇਹ ਹੋ ਗਏ। ਸੋ ਇਸ ਕਰਕੇ ਸਾਡੇ ਵੱਲੋਂ ਇਹ ਹੈ ਵੀ ਇਹ ਜਿਹੜੇ ਕਾਤਲ ਹੈ, ਇੱਥੋਂ ਦਾ ਰਾਜ ਪ੍ਰਬੰਧ ਕਾਤਲ ਹੈ, ਉਹ ਰਾਜ ਪ੍ਰਬੰਧ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਨਾ ਕਿ ਕਿਸੇ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ। ਇੱਥੇ ਰਾਜ ਨਹੀਂ ਬਦਲਦਾ, ਤਾਜ ਬਦਲਦਾ। ਜਦੋਂ ਅਸੀਂ ਦਿੱਲੀ ਘੋੜ 'ਚ ਸੀਗੇ ਉਦੋਂ ਪੰਜਾਬ ਦਾ ਤਾਜ ਹੋਰ ਦੇ ਸਿਰ 'ਤੇ ਸੀ, ਜਦੋਂ ਅਸੀਂ ਹੁਣ ਹੈ ਹੁਣ ਹੋਰ ਦੇ ਸਿਰ 'ਤੇ ਹੈ। ਸੋ ਇਸ ਕਰਕੇ ਅਸੀਂ ਤਾਂ ਲੜਾਈ ਦੇਣੀ ਹੈ ਰਾਜ ਨੂੰ ਬਦਲਣ ਦੀ, ਤਾਜ ਨਹੀਂ ਬਦਲ ਕੇ ਸਾਡਾ ਸਰਨ, ਅਸੀਂ ਤਾਂ ਰਾਜ ਬਦਲਣਾ। ਸੋ ਅੱਜ ਪੰਜਾਬ ਦਾ ਮੁੱਖ ਮੰਤਰੀ ਅਖਬਾਰਾਂ 'ਚ ਬਿਆਨ ਦੇ ਜਾਂਦਾ ਵੀ ਅਸੀਂ ਜ਼ਰੂਰ ਇਹਦਾ ਪਰਚਾ ਦਰਜ ਕਰਾਂਗੇ, ਹੁਣ ਜਿਨ੍ਹਾਂ ਨੇ ਮਤਲਬ ਕਤਲ ਹੈ। ਪਰ ਪੰਜਾਬ ਦਾ ਮੁੱਖ ਮੰਤਰੀ ਮੀਟਿੰਗਾਂ ਦੇ ਵਿੱਚ ਬਹਿੰਦਾ ਰਿਹਾ, ਜਦੋਂ 4 ਮੀਟਿੰਗਾਂ ਹੋਈਆਂ ਉਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਨਹੀਂ ਕਰੀ ਵੀ ਭਾਈ ਇਹ ਕਿਸਾਨਾਂ ਨੂੰ MSP ਦਿਓ ਅਤੇ ਜਿਹੜੀਆਂ ਮੰਗਾਂ ਮੰਨੀਆਂ ਵੀ ਹੈ, 23 ਫਸਲਾਂ 'ਤੇ MSP ਹੈ ਵੀ ਉਹ ਦਿਓ। ਉਦੋਂ ਨਹੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਬੋਲੇ, ਅੱਜ ਬਿਆਨ ਦੇ ਜਾਂਦੇ ਹੈ ਵੀ ਭਾਈ ਉਹ, ਮੈਂ ਇਸ ਗੱਲ 'ਤੇ ਵੀ ਜਿਹੜਾ ਉਹ ਪਰਚਾ ਦਰਜ ਹੋਵੇ ਜਿਹੜੇ ਇਹਦੇ ਕਾਤਲ ਹੈ। ਸੋ ਅਸੀਂ ਵੀ ਸਮਝਦੇ ਵੀ ਇਹ ਕਾਤਲ ਹੈ, ਇਹਨਾਂ ਨੇ ਕਤਲ ਕਰਿਆ ਸਾਡਾ, ਸਾਥੋਂ ਖੋਹਿਆ ਨਹੀਂ ਮਾਰਿਆ ਸਾਡਾ ਇਹਨਾਂ ਨੇ, ਇੱਥੋਂ ਦੇ ਦੁਸ਼ਮਣਾਂ ਨੇ ਸਾਡੇ ਨੇ। ਕੁੜੀਆਂ ਬੋਲੀਆਂ ਵੀ ਇਸ ਗੱਲ 'ਤੇ ਬਈ
ਅੱਜ ਕਿਵੇਂ ਮਤਲਬ ਨੌਜਵਾਨਾਂ ਦਾ ਘਾਣ ਹੋ ਰਿਹਾ, ਚਿੱਟੇ ਰਾਹੀਂ, ਨਸ਼ੇ ਰਾਹੀਂ, ਜਾਂ ਉਹਨਾਂ ਤੋਂ ਆ ਘੋਲਾਂ ਰਾਹੀਂ ਉਹਨਾਂ ਨੂੰ ਮਤਲਬ ਸ਼ਹੀਦ ਕਰ ਰਹੇ ਹੈ। ਸੋ ਇਸ ਕਰਕੇ ਅਸੀਂ ਜਿਹੜੀ ਲੜਾਈ ਦੇਣੀ ਹੈ, ਅਸੀਂ ਤਾਂ ਦੇਣੀ ਹੈ ਜਮਾਤਾਂ ਦੀ ਲੜਾਈ। ਦੋ ਜਮਾਤਾਂ ਇੱਥੇ, ਇੱਕ ਲਟੇਰੀ ਹੈ ਅਤੇ ਇੱਕ ਲੁੱਟੇ ਜਾਣ ਵਾਲੇ ਲੋਕ ਹੈ, ਇੱਕ ਇੱਥੋਂ ਦੇ ਧਨਾੜ ਹੈ, ਇੱਕ ਜਿਹੜੇ ਇਹੋ ਜਿਹੇ ਕੰਮ ਕਰਨ ਵਾਲੇ ਲੋਕ ਹੈ, ਜਿਹੜਾ ਪਰਿਵਾਰ ਹੈ ਉਹ ਲੋਕ ਹੈ। ਜਿੰਨਾ ਚਿਰ ਲੋਕਾਂ ਨੂੰ ਜਮਾਤੀ ਲੜਾਈ ਲਈ ਨਹੀਂ ਅਸੀਂ ਤਿਆਰ ਕਰਦੇ, ਉਹਨਾਂ ਚਿਰ ਇਹ ਸਾਡਾ ਜਿਹੜਾ ਘੋਲ ਹੈ ਇਹਨੇ ਸਿਰੇ ਨਹੀਂ ਲੱਗਣਾ। ਅਸੀਂ ਇਸ ਗੱਲ ਨੂੰ ਲੈ ਕੇ ਤੁਰੇ ਹੋਏ ਹਾਂ ਬਈ ਜਿਹੜੀ ਜ਼ਮੀਨਾਂ ਦੀ ਕਾਣੀ ਵੰਡ ਹੈ, ਅਸੀਂ 3 ਕਾਨੂੰਨ ਤਾਂ ਵਾਪਸ ਕਰਾ ਲਏ, ਪਰ ਜਿਹੜੀ ਜ਼ਮੀਨਾਂ ਦੀ ਕਾਣੀ ਵੰਡ ਹੈ ਉਹ ਤਾਂ ਉਵੇਂ ਦੀ ਉਵੇਂ ਖੜੀ ਹੈ। ਇੱਥੇ ਸੈਂਕੜੇ ਹਜ਼ਾਰਾਂ ਕਿੱਲਿਆਂ ਦੇ ਮਾਲਕ ਜ਼ਮੀਨਾਂ ਦੇ ਬੈਠੇ, ਅਤੇ ਸਾਡੇ ਵਾਲੇ ਕੋਲ ਜਿੰਨਾ ਕੁ ਮੈਨੂੰ ਪਤਾ ਲੱਗਿਆ, ਤੁਹਾਨੂੰ ਵੱਧ ਪਤਾ ਹੋਊ ਮੇਰੇ ਨਾਲੋਂ, ਵੀ ਮੈਨੂੰ ਤਾਂ ਪਤਾ ਲੱਗਿਆ ਵੀ 2.5 ਕਿੱਲੇ ਹੀ ਹੈ, ਜਾਂ ਪਤਾ ਲੱਗਿਆ ਹੌਲੀ ਹੌਲੀ ਪਤਾ ਕਰੇ ਵੀ ਉਹਦੇ 'ਚੋਂ ਵੀ ਕਿਰ ਗਈ। ਸਾਡੇ ਵਾਲੇ ਕੋਲ ਤਾਂ ਰਹੀ ਕੁਛ ਨਹੀਂ, ਸਾਡੀ ਤਾਂ ਸਾਰੀ ਦੀ ਸਾਰੀ ਇਸ ਬੱਚੇ ਦੀ ਜ਼ਮੀਨ ਆ ਜਿਹੜੀ ਇੱਥੋਂ ਦੇ ਰਾਜ ਪ੍ਰਬੰਧ ਨੇ ਖੋਹ ਲਈ, ਬੱਚਾ ਨਹੀਂ ਖੋਹਿਆ ਇਹਦਾ ਪੂੰਜੀ ਵੀ ਖੋਹ ਲਈ। ਸੋ ਇਸ ਕਰਕੇ ਇਸ ਗੱਲ ਨੂੰ ਅਸੀਂ ਭਰੋ ਵੀ ਭਾਈ ਇਹ ਰਾਜ ਨਾਲ ਲੜਾਈ ਹੈ, ਤਾਜ ਨਾਲ ਲੜਾਈ ਨਹੀਂ ਸਾਡੀ। ਭਾਵੇਂ ਮੋਦੀ ਬਦਲ ਜੇ ਇੱਥੇ ਹੋਰ ਆ ਜਾਊਗਾ, ਪਹਿਲਾਂ ਜਿਹੜਾ WTO ਹੈ ਉਹ PV ਨਰਸਿਮਾ ਰਾਓ ਦਸਖਤ ਕਰਕੇ ਆਇਆ, ਉਹ ਤਾਂ ਕਾਂਗਰਸ ਦਾ ਸੀ ਉਦੋਂ, ਉਹਨਾਂ ਨੇ ਪੀ ਉਹ ਜਿਹੜਾ WTO ਵਾਲਾ ਜਿਹਨੂੰ ਡੰਕਲ ਸਮਝੌਤਾ ਕਹਿੰਦੇ ਸੀ, ਉਹ PV ਨਰਸਿਮਾ ਰਾਓ ਨੇ ਦਸਖਤ ਕਰੇ ਸੀ। ਬੋਲੋ, ਅੱਛਾ ਮੁੱਖ ਮੰਗ ਕੀ ਹੋਊਗੀ? ਮੁੱਖ ਮੰਗ ਇਹ ਹੈ ਜਿਹੜੀ ਕਿਸਾਨਾਂ ਨੂੰ 23 ਫਸਲਾਂ 'ਤੇ MSP ਹੈ, ਉਹਦਾ ਕਾਨੂੰਨ ਬਣਾਉਣ। ਇਹ ਕਾਨੂੰਨ ਬਣਾ ਕੇ ਉਸ 'ਤੇ MSP ਦੇ, ਜਦੋਂ ਕਾਨੂੰਨ ਬਣ ਗਿਆ ਸਾਨੂੰ ਉਹਨਾਂ ਫਸਲਾਂ ਦੇ ਭਾਅ ਮਿਲ ਜੂਗਾ। ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਉਹ ਇਹਨਾਂ ਨੇ ਵੱਡੇ ਧਨਾਡਾਂ ਦਾ ਅਰਬਾਂ ਰੁਪਈਆ ਮਾਫ਼ ਕਰਿਆ ਵੀ ਸਾਡੇ ਕਿਸਾਨਾਂ ਦਾ ਵੀ ਮਾਫ਼ ਕਰਨ ਇਹ ਕਰਜ਼ਾ। ਇਹ ਇੱਕ ਸਾਡੀ ਇਹ ਮੰਗ ਹੈ, ਪਰਿਵਾਰ ਹੈ ਜਿਹਨੂੰ ਇਹ ਦੁੱਖ ਪਹੁੰਚਿਆ ਹੁਣ, ਇਹਦੇ ਤਾਂ ਜੋ ਮਤਲਬ ਕਾਨੂੰਨੀ ਤੌਰ 'ਤੇ ਸਾਡਾ ਹੱਕ ਬਣਦਾ ਉਹ ਅਸੀਂ ਲਵਾਂਗੇ ਹੀ ਲਵਾਂਗੇ, ਜੋ ਇਹ ਦਿੰਦੇ ਹੈ ਅਸੀਂ ਇਹਨਾਂ ਤੋਂ ਨਹੀਂ ਲੈਣਾ, ਅਸੀਂ ਉਸ ਖਜ਼ਾਨੇ ਤੋਂ ਲੈਣਾ ਜਿਹੜੇ ਨੂੰ ਅਸੀਂ ਰੋਜ਼ ਭਰਦੇ ਹਾਂ, ਰੋਜ਼ ਟੈਕਸਾਂ ਰਾਹੀਂ ਸਾਥੋਂ ਉਹ ਖਜ਼ਾਨੇ 'ਚੋਂ ਜਾਂਦੇ ਆ ਪੈਸੇ, ਉਹੀ ਅਸੀਂ ਕਢਾਉਣੇ ਆ ਇਹਨਾਂ ਤੋਂ ਅਤੇ ਦੇਣ। ਇਹ ਖਜ਼ਾਨੇ 'ਚੋਂ ਕੀ ਮੰਗਦੇ, ਖਜ਼ਾਨੇ 'ਚੋਂ ਕੀ ਮਿਲਣਾ ਚਾਹੀਦਾ? ਦੇਖੋ ਕੀਮਤ ਤਾਂ ਮਨੁੱਖ ਦੀ ਹੁੰਦੀ ਹੋਈ ਨਹੀਂ, ਉਹਦੀ ਕੀਮਤ ਤਾਂ ਇਹ ਦੇ ਹੀ ਨਹੀਂ ਸਕਦੇ ਨਾ ਇਹ ਦੇਣ। ਇਹ ਠੀਕ ਹੈ ਕੋਈ ਕਹੀ ਜਾਂਦਾ ਇੰਨੇ ਦਿਓ, ਕੋਈ ਇੰਨੇ ਦਿਓ, ਮੈਂ ਤਾਂ ਕਹਿੰਦਾ ਵੀ ਉਹ ਸਾਡੀ ਜਿਹੜੀ ਇਹ ਗੱਲ ਕਰਜ਼ਾ ਇਸ ਪਰਿਵਾਰ ਜਿਵੇਂ ਵੀ ਹੋਊ ਉਹ ਕਰਜ਼ਾ ਮਾਫ਼ ਕਰਨ, ਇੱਕ ਤਾਂ ਇਹੀ ਗੱਲ ਕਰਨ, ਦੂਜਾ ਬੱਚੇ ਹੈ ਬੱਚਿਆਂ ਦੀ ਇਹਨਾਂ ਦੀ ਜ਼ਿੰਮੇਵਾਰੀ ਇਹ ਸਰਕਾਰਾਂ ਲੈਣ ਜਿਹੜੇ ਰਾਜਕਰਤਾ ਲੋਕ ਹੈ। ਪਰ ਇਹ ਸਾਡਾ ਸਾਰੇ ਪਿੰਡ ਦਾ ਵੀਰ ਸੀਗਾ, ਉਹਦੀਆਂ ਭੈਣਾਂ ਨੂੰ ਵੀ ਬਹੁਤ ਇਹਦੀ ਲੋੜ ਸੀਗੀ, ਦੋ ਭੈਣਾਂ ਨੇ, ਇੱਕ ਕੁਮਾਰੀ ਆ ਹਜੇ ਵਿਚਾਰੀ, ਇੱਕ ਵਿਆਹੀ ਵੀ ਆ, ਦਾਦੀ ਨੇ ਪਾਲੇ ਸੀ 3 ਭੈਣ ਭਰਾ, ਦਾਦੀ ਆਪ ਵੀ ਚਲੀ ਗਈ ਆ, ਅਤੇ ਇਸੇ ਬੇਟੇ ਦੇ ਸਿਰ 'ਤੇ ਵਿਚਾਰਿਆਂ ਦਾ ਸਾਰਾ ਘਰ ਤੁਰਦਾ ਸੀਗਾ, ਅਤੇ ਇਹਨਾਂ ਨੂੰ ਤਾਂ ਬਹੁਤ ਅੱਜ ਘਟੌਤੀ ਹੋਈ ਪਈ ਆ ਉਸ ਮੁੰਡੇ ਬਾਰੇ, ਅਤੇ ਸਰਕਾਰ ਉਹਨੂੰ ਜਿਉਂਦਾ ਤਾਂ ਨਹੀਂ ਕਰ ਸਕਦੀ, ਅਸੀਂ ਵੀ ਜਾਣਦੇ ਵੀ ਨਹੀਂ ਜਿਉਂਦਾ ਕਰ ਸਕਦੀ, ਪਰ ਇਹਨਾਂ ਕਣੀ ਦੇਖੇ, ਇਹਨਾਂ ਦੇ ਪਰਿਵਾਰ ਕਣੀ ਦੇਖੇ ਸਰਕਾਰ ਵੀ ਐਡੀ ਵੱਡੀ, ਐਂ ਤਾਂ ਨਹੀਂ ਸੀਗਾ ਕਰਨਾ ਵੀ ਉਹਨੂੰ ਜਾਨੋਂ ਹੀ ਮਾਰ ਦੇਣਾ ਸੀ ਬੱਚੇ ਨੂੰ ਉੱਥੇ ਗਏ ਨੂੰ, ਐਂ ਤਾਂ ਸਭ ਹੀ ਸੁਣੀਆਂ ਉੱਥੇ ਬੈਠੇ ਆਪਦੇ ਭਲੇ ਵਾਸਤੇ ਸਭ ਗਏ ਉੱਥੇ ਵੀ ਭਲੇ ਵਾਸਤੇ ਗਏ ਆ ਜੀ, ਉੱਥੇ ਭਲੇ ਵਾਸਤੇ ਉਹ ਬੱਚਾ ਗਿਆ ਸੀਗਾ, ਐਂ ਜਾਨੋਂ ਮਾਰ ਕੇ ਐਂ ਸਿੱਟ ਤਾਂ ਕੁੱਤੇ ਬਿੱਲੇ ਵਾਲੀ ਗੱਲ ਕਰਤੀ ਬੱਚੇ ਦੀ, ਉਹ ਕਿਸੇ ਦਾ ਤਾਂ ਬੱਚਾ ਹੈਗੀ ਸੀਗਾ, ਉਹ ਆਪੋ ਆਪਣੇ ਸਰਕਾਰ ਢਿੱਡ 'ਤੇ ਧਰ ਕੇ ਦੇਖੇ, ਜੇ ਉਹਨਾਂ ਦੇ ਐਂ ਬੱਚੇ ਮਾਰਨ ਤਾਂ ਉਹਨਾਂ ਨੂੰ ਪਤਾ ਆਪ ਨੂੰ ਵੀ ਲੱਗ ਜੀ, ਕਿਹੜੇ ਲੋੜ ਸਾਡੇ ਵੀਰ ਮਰੀ ਜਾਂਦੇ ਆ, ਅਤੇ ਜਾਂਦਾ ਤਾਂ ਉੱਥੇ ਹਰ ਇੱਕ ਹੀ ਇਸ ਗੱਲ ਦਾ ਮਾਰਾ, ਆਪਦੀ ਜਾਇਦਾਦ ਦਾ ਮਾਰਾ ਜਾਂਦਾ ਵੀ ਸਾਡੀ ਜਾਇਦਾਦ ਬਚੇ, ਅਸੀਂ ਆਪਦੀ ਕਮਾਈ ਕਰਕੇ ਖਾਈਏ, ਹੱਥਾਂ ਨਹੁੰ ਦੀ ਕਮਾਈ ਕਰਨ ਤੋਂ ਵੀ ਖੋਹੀ ਜਾਂਦੇ ਆ ਜਾਇਦਾਦ,
ਤੇ ਕੋਈ ਵੀ ਨਹੀਂ ਸਰਕਾਰ ਸੁਣਦੀ ਗੀ। ਭਗਵੰਤ ਮਾਨ ਕਹਿੰਦਾ ਸੀ ਮੈਂ ਆਏ ਕਰ ਦੂੰ ਵਾਹ ਕਰ ਦੂੰ, ਭਗਵੰਤ ਮਾਨ ਨਹੀਂ ਸੁਣਦਾ ਕਿਸੇ ਦੀ ਗੱਲ। ਭਗਵੰਤ ਮਾਨ ਵੀ ਸਰਕਾਰ ਕਣੀ ਤਾਂ ਝਾਕ ਹੀ ਸਕਦਾ ਗਾ, ਪਿੰਡ ਕਣੀ ਝਾਕ ਸਕਦਾ, ਪੰਜਾਬ ਕਣੀ ਝਾਕ ਸਕਦਾ, ਭਗਵੰਤ ਮਾਨ ਨਹੀਂ ਕੁਛ ਵੀ ਝਾਕ ਸਕਦਾ ਗਾ, ਝਾਕਦੇ ਹੀ ਨਹੀਂ ਪਿੰਡ ਕਣੀ ਤਾਂ। ਪਿੰਡਾਂ ਵਿੱਚ ਕੀ ਹੋਈ ਜਾਂਦਾ, ਕਿਵੇਂ ਘਟੌਤੀ ਹੋਈ ਜਾਂਦੀ ਆ ਦੁਨੀਆਂ ਦੀ, ਕਿਵੇਂ ਉੱਥੇ ਮਰੀ ਜਾਂਦੇ ਆ ਨੌਜਵਾਨ, ਮਰੀ ਜਾਂਦੇ ਆ ਜਿਹਨਾਂ ਦੀ ਪੜ ਪੜ ਲੋੜ ਆ। ਸਾਨੂੰ ਵੀਰ ਦੀ ਬਹੁਤ ਲੋੜ ਸੀ ਵੀਰੇ, ਪਰ ਸਾਨੂੰ ਤਾਂ ਬਹੁਤ ਮਹਿਸੂਸ ਹੋਈ ਆ ਇਸ ਗੱਲ ਤੇ। ਕੱਲ ਦਾ ਸੱਥ ਸੁਣ ਕੇ ਵੀ ਜਮੀ ਝੱਲੇ ਨਹੀਂ ਆਉਂਦਾ ਗਾ ਵੀ ਐਂ ਕਰਕੇ ਐਂ ਜਵਾਕ ਦੀ ਨੌਜਵਾਨ ਦੀ ਮੌਤ ਹੋਈ ਹੈਗੀ। ਸਰਕਾਰ ਇਹਦਾ ਆਪ ਜ਼ਿੰਮੇਦਾਰ ਆ, ਸਾਰੇ ਪਰਿਵਾਰ ਦੇ ਜ਼ਿੰਮੇਦਾਰ ਆ। ਸਾਨੂੰ ਸਰਕਾਰ ਉਹ ਬੱਚਾ ਸਾਡਾ ਜਿਉਂਦਾ ਨਹੀਂ ਕਰਕੇ ਦੇ ਸਕਦੀ, ਪਰ ਆਹ ਗੱਲ ਆ ਵੀ ਅਸੀਂ ਰੋਹ ਤਾਂ ਫਿਰ ਮਾਰ ਹੀ ਸਕਦੇ ਹਾਂ ਨਾ ਸਰਕਾਰ 'ਤੇ, ਜਦੋਂ ਅਸੀਂ ਦੁਖੀ ਆ, ਮਨ ਦੁਖੀ ਆ ਸਾਡਾ, ਅਤੇ ਅਸੀਂ ਕੁਛ ਵੀ ਸਰਕਾਰ ਨੂੰ ਗਾਲ ਦੇ ਸਕਦੇ ਹਾਂ। ਕੱਲ੍ਹ ਸ਼ਾਮ ਨੂੰ ਪਤਾ ਲੱਗਿਆ ਸਾਨੂੰ 3 ਵਜੇ, ਇਹ ਦੇਖੋ ਜੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ। ਸਰਕਾਰਾਂ ਜਿਹੜੀਆਂ ਇਹਦੇ ਨਿਖੇਧੀ ਦੇ ਪਾਤਰੀ ਨੇ, ਕਿਉਂਕਿ ਸਰਕਾਰਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਬਾਰਡਰ ਬਣਾ ਰੱਖੇ ਨੇ ਹਰਿਆਣੇ ਤੇ ਪੰਜਾਬ ਦਾ, ਜੋ ਕਿ ਇਹ ਠੀਕ ਨਹੀਂ ਹੈਗਾ। ਬੁਰਾ ਸਿੱਟਿਆ ਜਾਂਦਾ, ਗੋਲੇ ਸਿੱਟੇ ਜਾਂਦੇ ਨੇ, ਗੋਲੀਆਂ ਚਲਾਈਆਂ ਜਾਂਦੀਆਂ ਨੇ, ਅਥਰੂ ਗੈਸ ਦੇ ਗੋਲੇ ਸਿੱਟੇ ਜਾਂਦੇ ਨੇ, ਜੋ ਕਿ ਠੀਕ ਨਹੀਂ ਹੈਗਾ। ਸਰਕਾਰ ਠੀਕ ਨਹੀਂ ਕਰ ਰਹੀ। ਸਾਡਾ ਜੋ ਪ੍ਰੋਟੈਸਟ ਸੀ 2 ਸਾਲ ਪਹਿਲਾਂ ਵੀ ਹੋ ਕੇ ਆਇਆ, ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਮੰਨ ਚੁੱਕੀ ਸੀ ਸਰਕਾਰ, ਤੇ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਜਿਹੜੇ ਕਿਸਾਨ ਸੀ ਜਾ ਰਹੇ ਸੀ ਦਿੱਲੀ ਵੱਲ। ਪਰ ਇਹਨਾਂ ਨੇ ਜਿਹੜੀਆਂ ਇਹ ਘਟਨਾਵਾਂ ਕਰਤੀਆਂ, ਬਹੁਤ ਹੀ ਮੰਦਭਾਗੀਆਂ ਘਟਨਾਵਾਂ ਕਰਤੀਆਂ। ਬੱਚੇ ਦੀ ਜਿਹੜੀ 21 ਸਾਲਾਂ ਦਾ ਬੱਚਾ ਸੀ, ਉਹਦੀ ਡੈਥ ਹੋ ਗਈ ਗੋਲੀ ਲੱਗਣ ਦੇ ਕਾਰਨ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਉਹਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ, ਜੋ ਪਰਿਵਾਰ ਦੇ ਸਿਰ ਕਰਜ਼ਾ ਉਹ ਕਰਜ਼ਾ ਮਾਫ ਕੀਤਾ ਜਾਵੇ, ਤੇ ਇਹਨਾਂ ਨੂੰ ਬਣਦੀ ਰਾਸ਼ੀ ਦਿੱਤੀ ਜਾਵੇ। ਇਹਨਾਂ ਦੀ ਜਿਹੜੀ ਆਰਥਿਕ ਸਥਿਤੀ ਆ ਉਹ ਬਹੁਤ ਹੀ ਮੰਦਭਾਗੀ ਹੈ। ਉਹਨਾਂ ਨੂੰ ਦੇਖਿਆ ਜਾਵੇ ਵੀ ਪਰਿਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਮਿਲੇ। ਜਿਹੜੀ ਜ਼ਮੀਨ ਸੀ ਉਹ ਭੈਣਾਂ ਦੇ ਵਿਆਹ ਤੇ, ਇੱਕ ਭੈਣ ਦੇ ਵਿਆਹ ਤੇ ਵੇਚੀ ਵੀ ਗਈ, ਕੋਈ 2.5-2 ਕਿੱਲੇ ਇਹਦੇ ਨਾਂ ਜ਼ਮੀਨ ਰਹਿ ਗਈ ਹੈ ਬੱਚੇ ਦੇ ਨਾਂ। ਪਰ ਜਦੋਂ ਬੱਚਾ ਹੀ ਚਲਾ ਗਿਆ, ਆਪਾਂ ਉਹ ਦੇਖ ਵੀ ਨਹੀਂ ਸਕਦੇ ਵੀ ਹੁਣ ਪਿੱਛੇ ਪਾਲਣ ਪੋਸ਼ਣ ਕਰਨ ਵਾਲਾ ਵੀ ਕੌਣ ਰਹਿ ਗਿਆ। ਇੱਕ ਦਾਦੀ ਹੈ, ਪਿਤਾ ਸਿੱਧਰੇ ਨੇ ਗੇ। ਸੋ ਪਰਿਵਾਰ ਦਾ ਤਾਂ ਮੰਦਭਾਗਾ ਹਾਲ ਹੀ ਹੈ। ਸੋ ਇਸ ਕਰਕੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ, ਤੇ ਜੋ ਬੱਚਾ ਹੈ ਬੱਚੇ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ। ਬਹੁਤ ਭਾਰੀ ਘਾਟਾ ਪਿਆ ਜੀ। ਇੱਕ ਅੱਜ ਸਾਡਾ ਬੱਚਾ ਅਨਮੋਲ ਹੀਰਾ ਸਾਡਾ ਹੱਥਾਂ ਦੇ ਵਿੱਚੋਂ ਗਿਆ, ਪਰ ਅਸੀਂ ਕੀ ਲੈ ਗਏ, ਅਸੀਂ ਖਾਲੀ ਹੱਥ ਗਏ ਹੈਗੇ। ਅਸੀਂ ਤਾਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਮਨਾਉਣ ਗਏ ਹਾਂ ਨਾ। ਅਸੀਂ ਉੱਥੇ ਬੰਬ ਮੁੱਖਾ ਤਾਂ ਲੈ ਕੇ ਨਹੀਂ ਗਏ ਸੀਗੇ ਕਿ ਸਾਡੇ ਕੋਲ ਇਕੱਲਾ ਰਾਸ਼ਨ ਹੈਗਾ ਆਪਦਾ ਰੋਟੀ ਪਕਾਉਣ ਖਾਤਰ, ਉਹ ਵੀ ਅਸੀਂ ਕਿਸੇ ਮੰਗ ਕੇ ਲੈ ਗਏ, ਆਪਦੇ ਪਿੰਡਾਂ ਦੇ ਵਿੱਚੋਂ ਇਕੱਠਾ ਕਰਕੇ ਲੈ ਗਏ ਹੈਗੇ ਕਿ ਸਰਕਾਰ ਪੂਰੇ ਹੱਥ ਨਹੀਂ ਟੁੰਨ ਰਿਹਾ ਵੀ ਸਾਨੂੰ ਰਾਸ਼ਨ ਦਾ ਪ੍ਰਬੰਧ ਕਰੋ। ਪਰ ਵੀ ਸਾਡਾ ਜਿਹੜਾ ਮੁਲਕ ਹੀਰਾ ਮਾਰਿਆ ਗਿਆ, ਪਰ ਨੌਜਵਾਨ ਨੂੰ ਇਹੀ ਕਹਿੰਦੇ ਹੈਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਪਤਾ ਲੱਗ ਜੇ, ਥੰਮ ਹੱਲ ਜਾਣ ਸੈਂਟਰ ਸਰਕਾਰ ਦੇ ਵੀ ਦਬਣਾ ਇਹ ਕਿਸਾਨ ਨਹੀਂ ਗੇ, ਗੁਰੂਆਂ ਪੀਰਾਂ ਦੀ ਧਰਤੀ ਤੋਂ ਉੱਠਣ ਵਾਲੇ ਕਿਸਾਨ ਹੈ ਜੀ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਕਹਿੰਦੇ ਹੈਗੇ ਅੱਜ ਸਾਡੀ ਜੋ ਦਾਦੀ ਮਾਂ ਨੇ ਪਾਲਿਆ ਸੀਗਾ, ਮਾਤਾ ਦੇ ਪਹਿਲੀ ਚਲੀ ਗਈ ਸੀਗੀ, ਅੱਜ ਹੌਲੀ ਹੌਲੀ ਪਾਲ ਪਲੋਸ ਕੇ ਗੱਭਰੂ ਕਰਿਆ, ਪਰ ਜਾਂਦਾ ਇਹ ਸਾਨੂੰ ਰਾਤ ਮਾਂ ਨੇ ਦੱਸਿਆ ਸੀਗਾ, ਦਾਦੀ ਮਾਂ ਦੇ ਜਦੋਂ ਮੱਥਾ ਟੇਕ ਕੇ ਪੈਰੀ ਗਿਆ ਹੈਗਾ, ਕਹਿੰਦਾ ਮਾਂ ਜ਼ਿਆਦਾ ਸੰਘਰਸ਼ ਜਿੱਤ ਕੇ ਮੁੜੂੰਗਾ ਅਤੇ ਜਾਂ ਲਾਸ਼ ਆਊਗੀ, ਪਰ ਉਹ ਆਪਦੀ ਕੁਰਬਾਨੀ ਨੂੰ ਪੂਰਾ ਕਰ ਗਿਆ। ਪਰ ਹੁਣ ਸਾਡਾ ਫਰਜ਼ ਬਣਦਾ ਵੀ ਕੱਲ੍ਹ ਅਸੀਂ ਬੋਲ ਗਏ ਨਾ, ਪਰ ਉਹਦੇ ਪਹਿਰਾ ਦੇਜੇ ਕੁਰਬਾਨੀ ਨੂੰ ਜਾ ਰੱਖੀਏ, ਅਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਸ਼ਹੀਦੀ ਦਾ ਦਰਜਾ ਲਵਾਂਗੇ ਅਸੀਂ ਉਹਨਾਂ ਤੋਂ।
ਇਹ ਆਪਣਾ ਜੀ ਮਿੱਤਰ ਤੌਰ 'ਤੇ ਸੀ ਆਪਣਾ ਨਾਲ ਲਾਗੇ ਪਿੰਡ ਪਿੱਥੋਂ ਪਿੰਡ ਆ ਜੀ ਆਪਣਾ ਜੀ ਆਪਣੇ ਸਿੱਧੂਪੁਰ ਜਥੇਬੰਦੀ ਦੇ ਤੌਰ ਦੇ ਵਿੱਚ ਵਰਕਰ ਤੌਰ 'ਤੇ ਬੱਚਾ ਨੌਜਵਾਨ ਨਾਲ ਗਿਆ ਸੀ ਜੀ ਸਾਡੇ ਪਿੰਡ ਦੇ ਜੋ ਮੋਹਤਵਾਰ ਲੀਡਰ ਹੈ ਜੀ ਉਹਨਾਂ ਦੇ ਨਾਲ ਗਏ ਸੀ ਕੀ ਕਹਿੰਦਾ ਨਾਲ ਸ਼ੁਭਕਰਨ ਤੁਹਾਨੂੰ ਅਕਸਰ ਜੇ ਤੁਹਾਡਾ ਮਿੱਤਰ ਸੀ ਤੁਹਾਨੂੰ ਮਿਲਦਾ ਵੀ ਹੋਣਾ ਦੇਖੋ ਜੀ ਸਾਨੂੰ ਤਾਂ ਵੈਸੇ ਮਿਲਿਆ ਨਹੀਂ ਪਰ ਵੀ ਅਸੀਂ ਵੀ ਫਿਰ ਵੀ ਇਹਦੇ ਫਕਰ ਹੈ ਜੀ ਸਾਨੂੰ ਵੀ ਜੋ ਸਾਡੀ ਨੌਜਵਾਨੀ ਅੱਜ ਵੀ ਸਾਡੇ ਬਜ਼ੁਰਗਾਂ ਦੇ ਨਾਲ ਖੜ ਕੇ ਫੁੱਲ ਸਾਥ ਦਿੱਤਾ ਜੀ ਅਤੇ ਬਾਰਡਰਾਂ 'ਤੇ ਫੁੱਲ ਜਾਂ ਆਪਦਾ ਫੁੱਲ ਸਹਿਯੋਗ 'ਤੇ ਯੋਗਦਾਨ ਪਾਇਆ ਜੀ ਬਹੁਤ ਵੱਡੀ ਸਰਕਾਰ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਜਿਵੇਂ ਘਰ ਦੇ ਹਾਲਾਤ ਵੇਖ ਕੇ ਜੀ ਵੀ ਮੁੰਡਾ ਜੀ ਨੌਜਵਾਨ ਮਿਹਨਤੀ ਸੀ ਘਰ ਦੇ ਵਿੱਚੋਂ ਗਰੀਬੀ ਕੱਢਣਾ ਚਾਹੁੰਦਾ ਸੀ ਜੀ ਅਤੇ ਪਸ਼ੂ ਡੰਗਰ ਜੋ ਵੀ ਪਾਲ ਕੇ ਆਪਦਾ ਰੁਜ਼ਗਾਰ ਕਰਦਾ ਸੀ ਜੀ ਅੱਜ ਤਾਂ ਜੀ ਮੰਨ ਕੇ ਚੱਲੋ ਜੀ ਘਰ ਦੇ ਵਿੱਚ ਕੋਈ ਵੀ ਪਿੱਛੇ ਵੇਖਣ ਯੋਗ ਨਹੀਂ ਰਿਹਾ ਜੀ ਪਹਿਲੀ ਠੇਕੇ 'ਤੇ ਲੈ ਕੇ ਆਪਦੇ ਚਾਚਾ ਜੀ ਦੇ ਨਾਲ ਕਰਵਾਉਂਦਾ ਸੀ ਜੀ ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੱਧ ਤੋਂ ਵੱਧ ਇਹਦਾ ਜੋ ਵੀ ਬਣਦਾ ਜੀ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਜੀ ਅਤੇ ਭੈਣਾਂ ਨੂੰ ਕੋਈ ਕਿਸੇ ਨੂੰ ਨੌਕਰੀ ਦਿੱਤੀ ਜਾਵੇ ਜੀ